ਬੂਥ ਨੰਬਰ 88 88 ਅੱਜ ਸਵੇਰੇ ਜੀ ਅਸੀਂ ਜਦੋਂ ਘਰ ਤੋਂ ਇੱਥੇ ਆਏ ਹਾਂ ਤਾਂ ਸਾਨੂੰ ਉੱਥੇ ਘਰ ਕਿਸੇ ਨੇ ਫੋਨ ਕੀਤਾ ਕਿ ਤੁਹਾਡੇ ਇੱਥੇ ਚੋਰੀ ਹੋ ਚੁੱਕੀ ਆ। ਜਿੰਨੇ ਸਾਡੇ ਏਸੀ ਸੀ ਉਹਨਾਂ ਸਾਰਿਆਂ ਦੇ ਕੰਪਰੈਸ਼ਰ ਘੱਟੋ ਘੱਟ 12 ਤੋਂ 16 ਦੇ ਵਿੱਚ ਉਹਨਾਂ ਦੀ ਗਿਣਤੀ ਆ, ਸਾਰੇ ਚੋਰੀ ਹੋ ਚੁੱਕੇ ਆ। ਇੱਥੋਂ ਦੀ ਉੱਤਰ ਲੱਗੇ ਤਾਂ ਸਾਡੀਆਂ ਸਾਰੀਆਂ ਉੱਪਰੋਂ ਸਾਰੀ ਛੱਤ ਵੀ ਤੋੜੀ ਪਈ ਆ ਉਹਨਾਂ ਦੀ। ਤੁਹਾਡਾ ਵੀ ਕੋਈ? ਹਾਂਜੀ ਸਾਡਾ ਵੀ ਹੋਇਆ, ਕੰਪਰੈਸ਼ਰ ਹੀ ਚੋਰੀ ਹੋਇਆ ਜੀ, ਏਸੀ ਦਾ ਕੰਪਰੈਸ਼ਰ ਅਤੇ ਪਾਈਪਾਂ। ਹਾਂਜੀ ਸਭ ਦੇ ਉੱਤੇ ਲੱਗੇ ਹੋਏ ਸੀ, ਛੱਤਾਂ ਦਾ ਵੀ। ਹਾਂਜੀ ਆ ਦੇਖ ਲਓ ਤੁਸੀਂ, ਦੇਖ ਸਕਦੇ ਉੱਪਰ ਛੱਤਾਂ ਦਾ ਨੁਕਸਾਨ ਪੂਰੀ ਤਰ੍ਹਾਂ ਕੀਤਾ ਹੋਇਆ ਉਹਨਾਂ ਨੇ, ਤਹਿਸ ਨਹਿਸ ਕਰ ਦਿੱਤੀਆਂ ਹੈਗੀਆਂ। ਡੀਸੀ ਕੰਪਲੈਕਸ ਦੇ ਨੇੜੇ ਆ ਜੀ, ਬਹੁਤ ਨੇੜੇ ਆ। ਕੋਈ ਨਹੀਂ ਆਈ ਹਜੇ ਤੱਕ ਜੀ। ਅੰਦਾਜ਼ਨ ਕਿੰਨਾ ਕੁ ਨੁਕਸਾਨ ਹੋ ਗਿਆ? ਅੰਦਾਜ਼ਨ ਤੁਸੀਂ ਦੇਖੋ 12 ਤੋਂ 16 ਏਸੀ ਦੇ ਵਿੱਚ ਵਿੱਧ ਪਾਈਪਾਂ ਦੇ ਵਿੱਚ ਘੱਟੋ ਘੱਟ ਮੇਰੇ ਹਿਸਾਬ ਦੇ ਵਿੱਚ ਤਾਂ ਜ਼ਿਆਦਾ ਨਹੀਂ ਤਾਂ 25-30 ਹਜ਼ਾਰ ਦਾ ਤਾਂ ਕੰਪਰੈਸ਼ਰ 4-5 ਲੱਖ ਦਾ ਨੁਕਸਾਨ ਹੋ ਚੁੱਕਿਆ ਜੀ। ਪ੍ਰਧਾਨ ਟਾਈਪ ਐਚ ਯੂਨੀਅਨ ਮੋਗਾ, ਅੱਜ ਜਿਹੜੀ ਘਟਨਾ ਵਾਪਰੀ ਹੈ, ਚੋਰੀ ਹੋਈ ਹੈ ਵੱਖ ਵੱਖ ਇਹ ਬਾਈ ਜੀ, ਚੋਰੀ ਸਾਡੇ ਅੱਗੇ ਵੀ 1-2 ਵਾਰੀ ਹੋਈ ਸੀ। ਅੱਗੇ ਨੋਰਮਲ ਜੀ ਹੁੰਦੀ, ਜਿਵੇਂ ਪਾਈਪਾਂ ਲਾ ਕੇ ਲੈ ਗਏ ਜਾਂ ਕਹਿੰਦੇ ਮੇਜ਼ ਚੱਕੇ ਗਏ ਜਾਂ ਕੁਰਸੀਆਂ ਚੱਕੀਆਂ ਗਈਆਂ, ਹੈ ਨਾ, ਉਹਦੇ ਸੰਬੰਧ ਦੇ ਵਿੱਚ ਕਿਤੇ ਪੱਖੇ ਲੈ ਗਏ, ਉਹਦੇ ਸੰਬੰਧ 'ਚ ਅਸੀਂ ਦਰਖਾਸਤਾਂ ਅੱਗੇ ਦਿੰਦੇ ਵੀ ਰਹੇ ਹਾਂ ਦਫ਼ਤਰਾਂ ਦੇ ਵਿੱਚ, ਸਿਟੀ ਵਾਰਨੀ ਸਾਨੂੰ ਲੱਗਦਾ, ਪਰ ਸਾਡਾ ਕਿਸੇ ਨੇ ਮਾੜੀ ਕਿਸਮਤ ਨਾਲ ਮੌਕਾ ਵੀ ਨਹੀਂ ਵੇਖਿਆ ਸੀ ਕਿਤੇ ਆ ਕੇ। ਅੱਜ ਅਸੀਂ ਸਵੇਰੇ ਡੀ ਸਾਹਿਬ ਨੂੰ ਮਿਲੇ ਸੀ, ਜਿਹੜੀ ਰਾਤ ਚੋਰੀ ਹੋਈ ਆ, ਰਾਤ 12:30 ਏਸੀ ਲੱਥੇ ਆ, 3 ਏਸੀਆਂ ਦੀਆਂ ਜਿਹੜੀਆਂ ਉਹ ਪਾਈਪਾਂ ਲੱਥੀਆਂ, ਅਤੇ 5-7 ਜਿਹੜੇ ਬੂਥ ਆ ਸਾਡੇ ਉਹਨਾਂ ਦੀਆਂ ਜਿਹੜੀਆਂ ਛੱਤਾਂ ਟੁੱਟੀਆਂ, ਕਿਉਂਕਿ ਛੱਤਾਂ ਸਾਡੀਆਂ ਜਿਹੜੀਆਂ ਉਹ ਸਲੇਟਾਂ ਦੀਆਂ ਪਾਈਆਂ ਹੋਈਆਂ ਸੀਮੈਂਟ ਦੀਆਂ, ਉਹ ਜਦੋਂ ਉੱਤੋਂ ਦੀ ਵਜਨ ਲੈ ਕੇ ਲੰਘੇ ਆ ਉਹਦੇ ਵਜਨ ਦੇ ਨਾਲ ਉਹ ਟੁੱਟੀਆਂ। ਅਤੇ ਅੰਦਾਜ਼ਨ ਕਿੰਨਾ ਕੁ ਨੁਕਸਾਨ ਹੋਇਆ? ਤਕਰੀਬਨ ਬਾਈ 5-6 ਲੱਖ ਦਾ ਮੰਨ ਕੇ ਚੱਲੋ, 12 ਏਸੀ ਆ, 40-50 ਹਜ਼ਾਰ ਤੋਂ ਘੱਟ ਤਾਂ ਏਸੀ ਕਿਸੇ ਦਾ ਵੀ ਨਹੀਂ ਆਉਂਦਾ ਹੈਗਾ। ਕਿੰਨੇ ਬੂਥ ਨੇ ਜਿਹੜੇ ਤੁਹਾਡੇ ਇੱਥੇ ਬਣੇ ਹੋਏ? ਇੱਥੇ ਟੋਟਲ 111 ਬੂਥ ਆ ਜੀ, ਜਿਨ੍ਹਾਂ ਦੇ ਵਿੱਚੋਂ 90-95 ਬੂਥ ਚਾਲੂ ਆ, ਕੁਛ ਬੰਦੇ ਦੀ ਡੈਥ ਹੋਈ ਵੀ ਆ ਜਾਂ ਕੋਈ ਬਾਹਰ ਚਲੇ ਗਏ ਉਹ ਬੰਦ। ਪ੍ਰਧਾਨ ਜੀ, ਜਿਸ ਤਰ੍ਹਾਂ ਕੰਪਲੈਕਸ ਦੇ ਅੰਦਰ ਤੁਹਾਡੇ ਬੂਥ ਹੈਗੇ ਨੇ, ਅਤੇ ਸਿਕਿਉਰਿਟੀ ਦੀ ਜੇ ਗੱਲ ਕੀਤੀ ਜਾਵੇ, ਕੰਪਲੈਕਸ ਦੇ ਅੰਦਰ ਆ ਕੇ ਚੋਰੀ ਕਰਨਾ ਕਿੱਦਾਂ? ਇਹਦਾ ਬਾਈ ਜੀ ਸੁਬਾਹ ਦੀ ਇਹੀ ਗੱਲ ਕਰਦੇ ਪਏ ਹਾਂ ਅਸੀਂ ਵੀ, ਜਿਹੜੇ ਵੀ ਆਫਸਰ ਨੂੰ ਮਿਲਦੇ ਹੋ ਸਾਨੂੰ ਇਹੀ ਸਵਾਲ ਕਰਦਾ, ਤੁਹਾਡਾ ਕੋਈ ਸਕਿਉਰਟੀ ਗਾਰਡ ਨਹੀਂ ਰੱਖਿਆ ਆ? ਜਦੋਂ ਕਿ ਅਸੀਂ ਸੈਕਟਰੀ 8 ਦੀ ਬਾਉਂਡਰੀ ਦੇ ਵਿੱਚ ਬੈਠੇ ਹੋਏ ਹਾਂ, ਤੁਸੀਂ ਚੋਰਾਂ ਦੇ ਹੌਂਸਲੇ ਵੇਖੋ, ਦਲੇਰੀ ਵੇਖੋ, ਵੀ ਸੈਕਟਰੀ 8 ਦੇ ਵਿੱਚੋਂ ਹੀ ਚੋਰੀ ਹੋਈ ਕਹਿ ਸਕਦੇ ਇਹਨੂੰ ਅਸੀਂ? 12 ਏਸੀ ਚੱਕ ਕੇ ਜਾਣਾ, ਜਾਂ ਤਾਂ ਕਿਸੇ ਗੱਡੀ 'ਤੇ ਜਾ ਸਕਦੇ ਆ, ਹੈ ਨਹੀਂ ਵੀ ਸਿਰ 'ਤੇ ਕੋਈ ਚੱਕ ਕੇ ਲੈ ਕੇ ਗਿਆ ਹੋਊਗਾ। 12 ਗਏ ਤਾਂ ਗੱਡੀ 'ਤੇ ਹੋਣਗੇ, ਫਿਰ ਪ੍ਰਸ਼ਾਸਨ ਦੇ ਕੈਮਰੇ ਆ, ਜਿਹੜੇ ਕੈਮਰੇ 'ਚ ਨਹੀਂ ਕੁਛ ਆ ਰਿਹਾ, ਨਾ ਸਾਨੂੰ ਕੈਮਰੇ ਦਿਖਾਏ ਜਾ ਰਹੇ ਆ ਕੋਈ, ਅਸੀਂ ਦੇਖ ਲਿਖ ਕੇ ਵੀ ਦੇਖੇ ਵੀ ਸਾਨੂੰ ਜਿਹੜੇ ਕੈਮਰੇ, ਇੱਕ ਤਾਂ ਚੌਂਕ 'ਚ ਲੱਗੇ ਹੋਏ ਆ, ਇੱਕ ਡੀ ਸਾਹਿਬ ਦੇ ਗੇਟ ਦੇ ਅੱਗੇ ਲੱਗਾ ਹੋਇਆ ਕੈਮਰਾ, ਇੱਕ SSP ਦਫ਼ਤਰ ਲੱਗਾ ਹੋਇਆ, ਵੀ ਸਾਨੂੰ ਉਹ ਕੈਮਰੇ ਚੈੱਕ ਕਰਾਏ ਜਾਣ। ਉਹ ਚੱਲਦੇ ਜਾਂ ਨਹੀਂ? ਬੰਦ ਹੀ ਹੋਣਗੇ ਬਾਈ, ਸਾਡੇ ਹਿਸਾਬ ਨਾਲ ਤਾਂ ਚੱਲਦੇ ਕਾਹਦੇ ਹੋਣਗੇ, ਨਹੀਂ ਹੁਣ ਨੂੰ ਪਤਾ ਲੱਗ ਜਾਣਾ ਸੀ ਸਵੇਰ ਦਾ ਰੌਲਾ ਪਿਆ ਵਿਆ, ਨਹੀਂ ਹੁਣ ਨੂੰ ਕੋਈ ਨਾ ਕੋਈ ਤਾਂ ਦੱਸ ਹੀ ਦੇਣਾ ਸੀ ਸਾਨੂੰ ਇਹਨਾਂ ਨੇ। ਪੁਲਿਸ ਵਾਲੇ 2 ਮੁਲਾਜ਼ਮ ਆਏ ਸੀ, ਉਹਨਾਂ ਦੀ ਕੋਈ ਡਿਊਟੀ ਸੀ ਪਈ ਹੋਈ, ਉਹਨਾਂ ਨੇ ਲੁਧਿਆਣੇ ਜਾਣਾ ਸੀ, ਉਹ ਕੇਰਾਂ ਥੋੜ੍ਹਾ ਜਿਹਾ ਮੌਕਾ ਵੇਖ ਗਏ ਆ, ਸਾਡੇ ਮੋਬਾਈਲ ਨੰਬਰ ਲੈ ਕੇ ਲਿਖ ਕੇ, ਅਤੇ ਉਹ ਚਲੇ ਗਏ। ਚੋਰਾਂ ਦੀ ਕੋਈ CCTV ਫੁਟੇਜ ਤੁਹਾਨੂੰ ਲੱਗ ਰਹੀ ਕਿਸੇ ਨਾ ਕਿਸੇ ਦੇ ਥਰੂ ਮਿਲ ਸਕਦੀ ਹੈ? ਮਿਲ ਸਕਦੀ ਹੈ, ਇੱਕ ਤਾਂ ਜਿਹੜਾ ਇੱਧਰ ਨਹਿਰ ਦੇ ਉੱਤੇ ਕੈਮਰੇ ਲੱਗੇ ਆ ਇਹ ਚੈੱਕ ਹੋ ਜਾਣਾ, ਇੱਕ DC ਸਾਹਿਬ ਦੀ ਜਿਹੜੀ ਗੇਟ ਦੀ ਐਂਟਰੀ ਆ ਉੱਥੇ ਕੈਮਰੇ ਲੱਗੇ ਉਹ ਚੈੱਕ ਹੋ ਜਾਣਾ, ਇੱਕ SSP ਸਾਹਿਬ ਦੀ ਜਿਹੜੀ ਐਂਟਰੀ ਆ ਗੇਟ ਦੀ ਉੱਥੇ ਕੈਮਰੇ ਲੱਗੇ ਆ ਉਹ ਚੈੱਕ ਹੋ ਜਾਣਾ। ਹਾਂ, ਅਤੇ ਬਾਕੀ ਧੁੰਦ ਸੀਗੀ ਕੈਮਰਿਆਂ ਦੇ ਵਿੱਚ ਵੀ, ਮੇਰੇ ਹਿਸਾਬ ਨਾਲ ਕੁਛ ਨਹੀਂ ਆਉਣਾ, ਰਾਤ ਧੁੰਦ ਬਹੁਤ ਜ਼ਿਆਦਾ ਸੀਗੀ, ਕੈਮਰਿਆਂ ਦੇ ਵਿੱਚ ਕੋਈ ਸ਼ੋਅ ਵੀ ਜ਼ਿਆਦਾ ਨਹੀਂ ਹੋਣਾ ਗਾ। ਅਤੇ ਬਾਕੀ ਜਿਹੜਾ ਇੱਥੇ ਜਿੱਥੋਂ DC ਸਾਹਿਬ ਦਾ ਦਫ਼ਤਰ ਆ ਜਿਹੜਾ, ਉਹ ਜਮ੍ਹਾਂ ਹੀ ਸਾਡੇ ਆਪੋਜਿਟ ਆ ਨੇੜੇ ਆ, ਉੱਥੇ ਰਾਤ ਨੂੰ ਇੱਕ ਸਕਿਉਰਿਟੀ ਗਾਰਡ ਹੁੰਦਾ, ਉਹਦੇ ਨਾਲ ਅਸੀਂ ਗੱਲਬਾਤ ਕੀਤੀ ਆ, ਉਹ ਕਹਿੰਦਾ ਵੀ ਮੈਨੂੰ ਇਹ ਵਾਰਦਾਤ ਦਾ ਕੋਈ ਪਤਾ ਨਹੀਂ, ਮੈਂ ਅੰਦਰ ਪਿਆ ਸੀਗਾ। ਤੁਸੀਂ ਹੁਣ ਮੰਗ ਕੀ ਹੈ ਤੁਹਾਡੀ?
ਸਾਡੀ ਤਾਂ ਮੰਗ ਇਹ ਆ ਵੀ ਜਿਹੜੇ ਚੋਰ ਆ ਉਹ ਫੜੇ ਜਾਣ, ਸਾਨੂੰ ਇਨਸਾਫ ਦਵਾਇਆ ਜਾਵੇ ਤਾਂ ਜੋ ਅੱਗੇ ਤੋਂ ਇਹੋ ਜਿਹੀਆਂ ਚੋਰੀਆਂ ਨਾ ਹੋਣ, ਇਹੀ ਸਾਡੀ ਮੰਗ ਆ। ਸਰ ਇੱਕ ਚੋਰੀ ਹੋਈ ਹੈ, ਤੁਸੀਂ ਪਹੁੰਚੇ ਮੌਕੇ ਤੇ ਕੀ ਦੇਖਿਆ, ਕਿੰਨੇ ਕੁ ਕੰਪਰੈਸ਼ਨ ਚੋਰੀ ਹੈ? ਸਰ ਇੱਥੇ ਮੌਕਾ ਤਾਂ ਦੇਖ ਲਿਆ ਆਪਾਂ, ਸਾਨੂੰ ਕੰਪਲੇਂਟ ਮਿਲ ਗਈ ਆ ਅਤੇ ਦੇਖਿਆ ਆਪਾਂ 10-12 ਜਿਹੜੇ ਆ ਰਾਤ ਕੋਈ ਨਾਮਲੂਮ ਬੰਦੇ ਜਿਹੜੇ ਆ ਚੋਰੀ ਕਰਕੇ ਲੈ ਗਏ ਆ, ਅਤੇ ਜਿਹਦੇ ਸੰਬੰਧੀ ਹੁਣ ਆਪਾਂ ਪੜਤਾਲ ਕਰ ਰਹੇ ਹਾਂ, ਉਦੋਂ ਬਾਅਦ ਜੋ ਕਾਰਵਾਈ ਬਣੀ ਆਪਾਂ। ਕੋਈ ਵੀਡੀਓ ਵਗੈਰਾ ਆਈ ਸੀਸੀਟੀਵੀ ਕੈਮਰਾ? ਨਹੀਂ ਅਜੇ ਮਿਲੀ ਨਹੀਂ ਕੋਈ ਵੀਡੀਓ, ਅਤੇ ਜੋ ਹੋਈ ਕਾਰਵਾਈ ਕਰ ਦਿਆਂਗੇ ਆਪਾਂ ਜੀ। ਸਰ ਪਹਿਲਾਂ ਵੀ ਕਾਫੀ ਚੋਰੀ ਹੋ ਚੁੱਕੀ ਹੈ ਇਹਨਾਂ ਦੱਸੋ? ਚੋਰੀਆਂ ਤਾਂ ਹੋਈਆਂ, ਹੁਣ ਕਚਹਿਰੀ ਵਾਲਿਆਂ ਨੂੰ ਵੀ ਅਸੀਂ ਕਈ ਵਾਰੀ ਕਿਹਾ ਵੀ ਤੁਸੀਂ ਆਪਦਾ ਕੋਈ ਚੌਂਕੀਦਾਰ ਹੀ ਰੱਖ ਲਓ ਰਲ ਕੇ, ਵੀ ਇੰਨੇ ਇੱਥੇ ਹੈਗੇ ਤੁਹਾਡੇ ਚੈਂਬਰ, 100-100 ਰੁਪਈਆ ਰਲ ਕੇ ਦੇ ਦਿਆ ਕਰੋ, ਕੋਈ 2 ਮਹੀਨੇ ਸਰਦੀਆਂ ਜੋ ਧੁੰਦ ਦੇ ਦਿਨ ਹੁੰਦੇ ਕੋਈ ਚੌਂਕੀਦਾਰ ਰੱਖ ਲਿਆ ਕਰੋ, ਇਹਦੇ ਨਾਲ ਸੇਫਟੀ ਰਹਿੰਦੀ ਹੈ। ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ? ਸਾਡੇ ਵੱਲੋਂ ਤਾਂ ਜੋ ਬਣਦੀ ਹੈ ਫਿਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ।